ਸਫਾਇਰ ਦਾ ਮਾਲ ਬਣਿਆ ਤੇ ਜੀ ਬਿਲਕੁਲ ਨਿਊ ਚੀਜ਼ ਹੈ ਸਫਾਇਰ ਮਦਰ ਕਲੈਕਸ਼ਨ ਜੋ ਸਿਆਣਿਆਂ ਵਾਸਤੇ ਬਤੀਕ ਚੱਲਦੀ ਹੈ ਇਹ ਸ਼ਲਵਾਰ ਸਭ ਨਾਲੋਂ ਅੱਛੀ ਲੌਂਗ ਤੇ ਲੱਗੀ ਜੀ ਇਹ ਦੁਪੱਟਾ ਜਿਹੜੀ ਇਹਦਾ ਡਾਇਮੰਡ ਵਾਈਲਡ ਦੁਪੱਟਾ ਲਾਈਟ ਕਲਰ ਸਕੀਮ ਦੇ ਵਿੱਚ ਆ ਦੇਖੋ ਜੀ ਇਹ ਫਰੰਟ ਸਾਈਡ ਹੈ ਜੀ ਫੁੱਲ ਇੰਬਰਾਇਡਰੀ ਵਰਕ ਹੈ ਫਰੰਟ ਦੇ ਵਿੱਚ ਨੀਚੇ ਦਾਮਨ ਪ੍ਰਿੰਟ ਬੈਕ ਡਿਜੀਟਲ ਬਾਜ਼ੂ ਵੀ ਡਿਜੀਟਲ 10 ਕਲਰ ਤੁਹਾਨੂੰ ਇਹਦੇ ਵਿੱਚ ਮਿਲਣਗੇ ਕਲਰ ਵੀ ਡਿਜ਼ਾਈਨ ਵੀ ਸਭ ਵਾਲੀਅਮ ਅਲੱਗ ਅਲੱਗ ਹੋਣਗੇ ਉਸ ਤੋਂ ਬਾਅਦ ਇੱਕ ਇਹ ਚੀਜ਼ ਦੇਖੋ ਭਾਈ ਅੰਦਰ ਇਹ ਬ੍ਰਾਂਡ ਦਾ ਮਾਲ ਹੈ ਜੀ ਇਹ ਜ਼ੈਡ ਦਾ ਮਾਲ ਹੈ ਜੀ 90-70 ਨੌਂ ਸ਼ਫੂਨ ਦੁਪੱਟੇ ਉੱਪਰ ਡਿਜ਼ਾਈਨ ਨੰਬਰ 11 ਇਹ ਦੇਖੋ ਭਾਈ ਇਹਦਾ ਫਰੰਟ ਇਹ ਫਲਾਵਰ ਲੈਸ ਮਾਲ ਹੈ ਜੀ ਇਹ ਬੈਕ ਸਾਈਡ ਹੈ ਜੀ ਇਹਦੇ ਵਿੱਚ ਕੋਈ ਫਲਾਵਰ ਨਹੀਂ ਤੁਹਾਨੂੰ ਮਿਲੇਗਾ ਇਹ ਦੇਖੋ ਜੀ ਇਹ ਫਰੰਟ ਸਾਈਡ ਹੈ ਇਹ ਸ਼ਲਵਾਰ ਪੀਸ ਨਾਲ ਕੰਟਰਾਸਟਿੰਗ ਦੇ ਵਿੱਚ ਇਹ ਦੁਪੱਟਾ ਹੋਏਗਾ ਜੀ ਸ਼ਫੂਨ ਦੇ ਵਿੱਚ ਪਿਓਰ ਸ਼ਫੂਨ ਕਲਰ ਡਿਜ਼ਾਈਨ 10 ਮਿਲ ਜਾਣਗੇ ਤੁਹਾਨੂੰ ਇਹਨਾਂ ਵਿੱਚ ਬਿਲਕੁਲ ਨਿਊ ਚੀਜ਼ ਜਿਹੜੀ ਹੈ ਉਸ ਤੋਂ ਬਾਅਦ ਇੱਕ ਇਹ ਚੀਜ਼ ਦੇਖੋ ਇਹ ਅਲ ਕਰਮ ਦਾ ਬਣਿਆ ਜੈਨੂਅਨ ਅਲ ਕਰਮ ਦਾ ਇਹ ਬੈਕ ਸਾਈਡ ਜਿਹੜੀ ਇਹ ਫਰੰਟ ਸਾਈਡ ਹੈ ਜੀ ਸਿੰਪਲ ਸਿਰਫ ਗਲੇ ਉੱਪਰ ਕਢਾਈ ਹੋਈ ਜੀ ਬਾਕੀ ਨੀਚੇ ਸਾਰਾ ਪ੍ਰਿੰਟ ਹੈ ਡਿਜੀਟਲ ਪ੍ਰਿੰਟ ਹੈ ਬਣਿਆ ਇਹ ਸ਼ਲਵਾਰ ਪੀਸ ਹੋਏਗੀ ਨਾਲ ਦੇ ਟੂ ਸਾਈਡ ਬਾਰਡਰ ਦੁਪੱਟਾ ਸ਼ਫੂਨ ਇਹ ਵੀ ਸ਼ਫੂਨ ਦੁਪੱਟੇ ਉੱਪਰ ਹੈ ਬਿਲਕੁਲ ਇਹ ਵੀ ਨਿਊ ਚੀਜ਼ ਦੇ ਵਿੱਚ 10 ਕਲਰ ਦੇ 10 ਡਿਜ਼ਾਈਨ ਤਾਂ ਮੈਂ ਇਹਦੇ ਵੀ ਮਿਲਦੇ ਉਸ ਤੋਂ ਬਾਅਦ ਇੱਕ ਇਹ ਚੀਜ਼ ਆਈ ਜਿਹਦੇ ਮੇਰੇ ਕੋਲ ਬਿਲਕੁਲ ਨਿਊ ਚੀਜ਼ ਹੈ ਜਿਨ ਤਾਹੜ ਦਾ ਬਣਿਆ ਦਾ 4780 ਰੁਪਏ ਪ੍ਰਾਈਜ਼ ਹੁੰਦਾ ਜੀ ਇਹਦੇ ਵਿੱਚ ਇੱਕ ਇਹ ਚੀਜ਼ ਚੈੱਕ ਕਰੋ ਜੀ ਇਹ ਫਰੰਟ ਹੈ ਜੀ ਇਹਦਾ ਇੰਬਰਾਇਡਰੀ ਵਰਕ ਹੈ ਫਰੰਟ ਦਾਮਨ ਡਿਜੀਟਲ ਇਹ ਸਾਈਡ ਪੈਚ ਹੋਏਗਾ ਫੁੱਲ ਸੂਟ ਦੇ ਉੱਪਰ ਲਗਾ ਦੇ ਜੀ ਇਹ ਬੈਕ ਸਾਈਡ ਵੀ ਡਿਜੀਟਲ ਬਾਜ਼ੂ ਵੀ ਡਿਜੀਟਲ ਦੇ ਵਿੱਚ ਬਣਿਆ ਸ਼ਲਵਾਰ ਦੀ ਬੇਸ ਨੂੰ ਅੱਛੀ ਲੌਂਗ ਦੀ ਲਾਉਂਦੇ ਨੇ ਇਹ ਦੇਖੋ ਜੀ ਸ਼ਲਵਾਰ ਦਾ ਕੱਪੜਾ ਜੀ ਇਹ ਇਹਦੇ ਨਾਲ ਦੁਪੱਟਾ ਹੁੰਦਾ ਡਾਬੀ ਦੁਪੱਟਾ ਵਾਇਲ ਡਾਬੀ ਵਾਇਲ ਦੇ ਉੱਪਰ ਬਣੀ ਬਿਲਕੁਲ ਨਿਊ ਚੀਜ਼ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ 10 ਕਲਰ ਅਤੇ 10 ਡਿਜ਼ਾਇਨ ਹੋਰ ਹੋਰ ਮਿਲ ਜਾਣਗੇ ਇੱਕ ਇਹ ਚੀਜ਼ ਦੇਖੋ ਪਹਿਲਾਂ ਐਗਜੈਕਟਿਵ ਦਾ ਬਣਿਆ ਇਹਦੇ 'ਚ ਵਾਲੀਅਮ ਨੰਬਰ 227 ਇਹ ਦੇਖੋ ਭਾਈ ਇਹ ਫਰੰਟ ਇੰਬਰਾਇਡਰੀ ਦੇ ਵਿੱਚ ਬੈਕ ਡਿਜੀਟਲ ਬਾਜ਼ੂ ਵੀ ਡਿਜੀਟਲ ਸ਼ਲਵਾਰ ਪੀਸ ਪਲੇਨ ਸਿੰਪਲ ਦੁਪੱਟਾ ਨਾਲ ਭਾਈ ਤੁਹਾਨੂੰ ਬੈਂਬਰ ਦਾ ਮਿਲ ਜਾਏਗਾ ਟੂ ਬਾਰਡਰ ਪੱਲੂ ਦੁਪੱਟਾ ਹੋਏਗਾ ਜੀ ਬਣੇ ਕਲਰ ਇਹਦੇ ਵਿੱਚ ਵੀ ਤੁਹਾਨੂੰ 10 ਕਲਰ ਅਤੇ 10 ਡਿਜ਼ਾਇਨ ਦੇ ਅਲੱਗ ਅਲੱਗ ਮਿਲ ਜਾਂਦੇ ਉਸ ਤੋਂ ਬਾਅਦ ਇੱਕ ਇਹ ਚੀਜ਼ ਦੇਖੋ ਜੀ ਇੱਧਰ ਜ਼ਬਾਇਸ਼ ਦਾ ਬਣਿਆ ਇਹਦੇ ਇਹ ਵੀ ਬ੍ਰਾਂਡ ਦੀ ਲੌਂਗ ਹੁੰਦੀ ਟੂ ਹੈਡ ਵਰਕ ਹੈ ਜੀ ਇੰਬਰਾਇਡਰੀ ਵਰਕ ਦੇ ਵਿੱਚ ਬਣਿਆ ਇਹ ਦੇਖੋ ਜੀ ਇਹ ਫਰੰਟ ਸਾਈਡ ਹੈ ਜੀ ਬੈਕ ਸਾਈਡ ਅੱਗੇ ਸੈਪਰੇਟ ਬਾਜ਼ੂ ਇਹਦੇ ਹੁੰਦੀ ਜ਼ਬਾਇਸ਼ ਲੌਂਗ ਦੀ ਬ੍ਰਾਂਡ ਦੀ ਲੌਂਗ ਹੁੰਦੀ ਇਹ ਦੇਖੋ ਜੀ ਸ਼ਲਵਾਰ ਪੀਸ ਜਿਹਦੇ ਨਾਲ ਇਹ ਦਾ ਦੁਪੱਟਾ ਜੀ ਡਾਇਮੰਡ ਦੁਪੱਟੇ ਫੁੱਲ ਡਾਇਮੰਡ ਦੇ ਵਿੱਚ ਇੱਕ ਇਹ ਚੀਜ਼ ਦੇਖੋ ਭਾਈ ਗੁਲਮ ਬਰੋਸ਼ਾ ਲਾਉਂ ਬਿਲਕੁਲ ਨਿਊ ਚੀਜ਼ ਹੈ ਜੀ ਫੁੱਲ ਬਰੋਸ਼ਾ ਜੀ ਇਹ ਦੇਖੋ ਜੀ ਇੱਧਰ ਇਹ ਫਰੰਟ ਸਾਈਡ ਹੈ ਜੀ ਉਸ ਤੋਂ ਬਾਅਦ ਇਹ ਦੇਖੋ ਜੀ ਇਹ ਬੈਕ ਸਾਈਡ ਹੈ ਜੀ ਇਹ ਗੇਅਰ ਦੇ ਸੈਪਰੇਟ ਬਾਜ਼ੂ ਨੇ ਜੀ ਸ਼ਲਵਾਰ ਪਲੇਨ ਹੋਏਗੀ ਜੀ ਸਾਦਾ ਸ਼ਲਵਾਰ ਹੋਏਗੀ ਬਿਲਕੁਲ ਨਾਲ ਦੁਪੱਟਾ 3 ਮੀਟਰ ਦਾ ਦੁਪੱਟਾ ਤੁਹਾਨੂੰ ਮਿਲ ਜਾਏਗਾ ਜੀ
ਫੁੱਲ ਸ਼ਾਲ ਬਣੀ ਬਰੋਸ਼ਾ ਲਾਉਣ ਦੇ ਬਣੀ ਐ ਦੁਪੱਟਾ ਜੋ ਪਾਈ ਹੁੰਦਾ ਇਹਦੇ ਵਿੱਚ ਵੀ ਤੁਹਾਨੂੰ ਕਲਰਡ ਵੀ ਡਿਜ਼ਾਈਨ ਵੀ ਅੱਗੋਂ ਅਲੱਗ ਅਲੱਗ ਮਿਲ ਜਾਂਦੇ 10 ਪੀਸ ਸੈੱਟ ਹੁੰਦੇ ਇੱਕ ਇਹ ਚੀਜ਼ ਦੇਖੋ ਭਾਈ ਜੀ ਇਹ ਜਵੇਦ ਆਰਟਸ ਦਾ ਬਣਿਆ ਜੀ ਕੁਈਨ ਸ਼ੈਮੜੇ ਲਾਉਣ ਦੇ ਉੱਪਰ ਬਣਿਆ ਜੀ ਆਹ ਦੇਖੋ ਜੀ ਇਹ ਫਰੰਟ ਹੈ ਫੁੱਲ ਇੰਬਰਾਇਡਰੀ ਵਰਕ ਹੈ ਬੈਕ ਸਾਈਡ ਅੱਗੇ ਆ ਬਾਸੂਏ ਦੇ ਸ਼ਲਵਾਰ ਪੀਸ ਇਹ ਦੁਪੱਟਾ ਮਿਲੇਗਾ ਜੀ ਫੁੱਲ ਵਰਕ ਦੇ ਵਿੱਚ ਇਹ ਦੁਪੱਟਾ ਹੋਵੇਗਾ ਜੀ ਇਹਦੇ ਵਿੱਚ ਵੀ ਤੁਹਾਨੂੰ 10 ਕਲਰ ਅਤੇ 10 ਡਿਜ਼ਾਈਨ ਮਿਲ ਜਾਣਗੇ ਜੀ